पठानकोट में आज हमारी नेशनल 18 न्यूज़ की टीम ने एक ऐसे युवक से मुलाकात की जो बचपन से ही अपाहिज है और मांग कर पेट भर रहा है, पर आजकल यह युवक कई गरीब परिवारों का पेट भी भर रहा है। हम आपको तस्वीरों में दिखाते हैं इस युवक को जो इस समय कई गरीब लोगों का मसीहा बना हुआ है। जी हाँ, ये है वो युवक जिसका नाम राजू है और ये बचपन से ही अपाहिज है। राजू ने बताया कि वो बचपन से ही अपाहिज है और जब से उसने अपना होश संभाला तो घर वालों ने उसे अपाहिज देखते हुए व उन पर बोझ सोचते हुए उसे घर से निकाल दिया, जिसके बाद वो बीच चौराहे पर भीख मांगने लगा व अपना पेट भरने लगा। राजू ने बताया कि एक दिन उसके मन में आया कि मेरे जैसे कई लोग बेघर व बेसहारा होंगे, जिनको रोटी के लाले पड़े होंगे, और फिर उसने सोच लिया कि वह जो पैसा भीख मांगकर इकट्ठा करेगा, इसे यहाँ वो अपना पेट भरेगा, वहीं लोगों का भी भरेगा। फिर क्या था, वो जुट गया गरीब लोगों की मदद में। पहले सारा सारा दिन तेज धूप में भीख मांगता, फिर उन्हीं पैसों से लोगों की मदद करता। बता दें कि यहाँ ऐसे काम सरकार व उनके नुमाइंदों को करने चाहिए, लेकिन वो काम राजू नाम का युवक कर रहा है। वह इस समय ये पठानकोट में गरीब लोगों का मसीहा बना हुआ है। राजू ने बताया कि वह इससे पहले कई गरीब लड़कियों की शादी के लिए भी मदद कर चुका है और अब भी जब देश में कोरोना जैसी महामारी फैली हुई है, वह करीब 2.5 लाख रुपए के करीब का राशन गरीब परिवारों को बांट चुका है। राजू ने कहा कि आगे भी वह ये सेवा करता रहेगा। साथ ही राजू ने सरकार से मांग करते हुए कहा कि अगर सरकार उन्हें कोई ज़मीन उपलब्ध करवा दे तो वह उस ज़मीन पर एक गरीब बच्चों के लिए स्कूल बनाएगा, जिसमें गरीब परिवार के बच्चों को मुफ्त में शिक्षा मिल सके। उधर लोग भी राजू की इस सेवा भावना को सैल्यूट कर रहे हैं। वो कह रहे हैं कि ये काम सरकारों को करना चाहिए, ना कि राजू को, लेकिन फिर भी राजू ये नेक काम कर रहा है। लोग उसके लंबी आयु की कामना करते नहीं थकते। ਰਾਜੂ ਤੁਸੀਂ ਰਾਸ਼ਨ ਵੰਡਣ ਡਿਓ ਲੇਕਿਨ ਤੁਸੀਂ ਖੁਦ ਲੱਗ ਰਹੇ ਹੋ ਕਿ ਮੈਨੂੰ ਕਾਫੀ ਗਰੀਬ ਹੋ, ਕੀ ਹੈਗਾ, ਕਿੱਦਾਂ ਤੁਹਾਨੂੰ ਪ੍ਰੇਰਣਾ ਮਿਲੀ ਹੈ ਰਾਸ਼ਨ ਰੂਸ਼ਨ ਵੰਡਣ ਦੀ ਜਾਂ ਕੀ ਹੈ? ਦੇਖੋ, ਮੈਨੂੰ ਘਰੋਂ ਬੇਘਰ ਕੀਤਾ ਗਿਆ ਹੈ, ਫਿਰ ਵੀ ਆਪਣੇ ਕੋਲੋਂ ਇਸ ਮੇਰੇ ਵਰਗੇ ਕਈ ਜੀਵ ਹੋਣੇ ਆ ਜਿਹੜੇ ਬੇਘਰ ਨੇ, ਜਿਨ੍ਹਾਂ ਨੂੰ ਰਾਸ਼ਨ ਨਹੀਂ ਕਿਤੋਂ ਮਿਲ ਰਿਹਾ, ਉਹ ਮੇਰੇ ਕੋਲ ਆ ਰਹੇ ਨੇ ਕਿ ਮੈਂ ਫਿਰ ਵੀ ਮੈਨੂੰ ਤੇ ਮੈਂ ਤੇ ਬਚਪਨ ਤੋਂ ਇੱਦਾਂ ਹੀ ਹਾਂ ਕਿ ਘਰੋਂ ਬਾਹਰ ਕੱਢਿਆ, ਭਰਾਵਾਂ ਨੇ ਨਹੀਂ ਰੱਖਦੇ ਉਹ ਨਹੀਂ ਚੰਗਾ ਸਮਝਦੇ, ਇਸ ਕਰਕੇ ਮੈਂ ਰਾਸ਼ਨ ਵੰਡਿਆ ਹੈ ਕਿ ਕਈ ਮੇਰੇ ਵਰਗੇ ਵਿਚਾਰੇ ਭੁੱਖੇ ਸੌਂਦੇ ਨੇ, ਇਸ ਕਰਕੇ ਕਿ ਮੈਂ ਰਾਸ਼ਨ ਆਪਣੇ ਕੋਲੋਂ ਦਿੱਤਾ ਹੈ। ਕਿਸ ਤਰ੍ਹਾਂ ਮਤਲਬ ਤੁਸੀਂ ਵੰਡੋ, ਤੁਸੀਂ ਕਿੱਥੋਂ ਲੈ ਰਹੇ ਹੋ, ਕਿੱਦਾਂ ਤੁਹਾਡਾ ਗੁਜ਼ਾਰਾ, ਕਿੱਦਾਂ ਵੰਡ ਰਹੇ ਹੋ ਅੱਗੇ? ਮੈਂ ਲੋਕਾਂ ਕੋਲੋਂ 10-10 ਰੁਪਏ ਇਕੱਠੇ ਕਰਕੇ ਹਲੇ ਤੱਕ ਕਿ ਜਦੋਂ ਤੱਕ ਲੋਕ ਨੂੰ ਚੱਲਦਾ ਹੈ ਉਦੋਂ ਤੱਕ ਵੀ ਮੈਂ ਰਾਸ਼ਨ ਦੇਣਾ ਹੈ, ਤੋ ਹਲੇ ਤੱਕ ਮੈਂ ਜਾਣੇ ਕਿ 2.5 ਲੱਖ ਦਾ ਰਾਸ਼ਨ ਜਿਹੜਾ ਹੈ ਕਿ ਮੈਂ ਪੂਰੇ ਪਠਾਨਕੋਟ ਵੰਡ ਚੁੱਕਿਆ। ਜਿੱਦਾਂ ਤੁਹਾਨੂੰ ਪਤਾ ਲੱਗਿਆ ਕਿ ਪਹਿਲੇ ਵੀ ਕਾਫੀ ਤੁਸੀਂ ਸਮਾਜ ਸੇਵਾ ਕੀਤੀ ਹੈਗੀ ਆ, ਕਿੱਦਾਂ ਕਿੱਦਾਂ ਦੀ ਸਮਾਜ ਸੇਵਾ ਕੀਤੀ ਹੈ? ਕਿ ਬੱਚਿਆਂ ਦੀ ਫੀਸ ਨਹੀਂ ਦਿੱਤੀ ਜਾਂਦੀ ਸਕੂਲ 'ਚ, ਉਹ ਵੀ ਮੈਂ ਆਪਣੇ ਕੋਲੋਂ ਦਿੰਦਾ ਹਾਂ, ਔਰ ਇਹ ਪੁਲੀ ਦਾ ਪੁਲੀ ਵੀ ਆਪਣੇ ਕੋਲੋਂ ਬਣਾਈ ਹੈ। ਹੁਣ ਅੱਗੇ ਕੀ ਤੁਸੀਂ ਚਾਹੁੰਦੇ ਹੋ, ਕੋਈ ਤੁਹਾਡਾ ਨਵਾਂ ਕੋਈ ਸੋਚ ਹੋਏ? ਅੱਗੇ ਮੈਂ ਇਹ ਸੋਚ ਰਿਹਾ ਕਿ ਸਰਕਾਰ ਮੈਨੂੰ ਕੋਈ ਪਲਾਟ ਦੇ ਦੇ, ਕਿ ਕੋਈ ਗਰੀਬ ਬੱਚਾ ਹੈ ਜਿਹੜਾ ਨਹੀਂ ਪੜ੍ਹ ਸਕਦਾ, ਉਹਨੂੰ ਮੈਂ ਆਪਣੇ ਕੋਲੋਂ ਮਕਾਨ ਬਣਾ ਕੇ ਸਕੂਲ ਖੋਲ੍ਹ ਸਕਾਂ। ਮੈਨੂੰ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਸਰਕਾਰ ਮੈਨੂੰ ਜਗ੍ਹਾ ਦੇ ਕੇ ਕਿ ਮੇਰੀ ਹੈਲਪ ਕਰੇ ਕਿ ਮੈਂ ਬੱਚਿਆਂ ਵਾਸਤੇ ਸਕੂਲ ਖੋਲ੍ਹ ਸਕਾਂ। ਤੁਹਾਡੀ ਕੀ ਹੈਗੀ ਹੈ ਕਿਸੇ ਨੂੰ ਮੈਸੇਜ ਕਰੋਨਾ ਨੂੰ ਲੈ ਕੇ, ਕੋਈ ਮੈਸੇਜ ਕਰੋਨਾ ਨੂੰ ਲੈ ਕੇ? ਇਹ ਰੱਬ ਨੂੰ ਲੋਕ ਯਾਦ ਨਹੀਂ ਕਰਦੇ, ਹੁਣ ਘਰ ਬੈਠੇ ਰੱਬ ਨੂੰ ਲੋਕ ਯਾਦ ਕਰ ਰਹੇ ਨੇ, ਲੋਕ ਘਰ ਬੈਠ ਕੇ ਰੱਬ ਨੂੰ ਯਾਦ ਕਰ ਰਹੇ ਨੇ ਕਿ ਮਾਲਕ ਮੈਂ ਵੀ ਤੇ ਰੱਬ ਅੱਗੇ ਦੁਆ ਕਰਦਾ ਹਾਂ ਕਿ ਕਰੋਨਾ ਮਾਰੀ ਤੇਰੀ ਬਿਮਾਰੀ ਫੈਲੀ ਹੈ, ਇਹ ਲੋਕਾਂ ਨੂੰ ਮੁਕਤ ਕਰ ਦੇ, ਮੈਂ ਤੇ 15 ਦਿਨ ਲੰਗਰ ਆਪਣੇ ਕੋਲੋਂ ਚਲਾਵਾਂਗਾ। ਬਹੁਤ ਹੀ ਵਧੀਆ ਔਰ ਬਹੁਤ ਹੀ ਨੇਕ ਔਰ ਅੱਛੇ ਦਿਲ ਇਨਸਾਨ ਹੈ, ਜੋ ਕਿ ਆਪਣਾ ਖੁਦ ਮੰਗ ਕੇ ਗੁਜ਼ਾਰਾ ਕਰਦੇ ਨੇ, ਲੇਕਿਨ ਫਿਰ ਵੀ ਆਪ ਖੁਦ ਮੰਗਦੇ ਨੇ, ਲੇਕਿਨ ਕਿਸੇ ਨੂੰ ਵੀ ਗਰੀਬੀ ਦਾ ਤਰ੍ਹਾਂ ਦਾ ਕੋਈ ਵੀ ਨਹੀਂ ਰਹਿ ਰਿਹਾ। ਜਿੱਦਾਂ ਜਦੋਂ ਲੋਕਡਾਊਨ ਸ਼ੁਰੂ ਆਪਾਂ ਦੇਖਦੇ ਆ ਰਹੇ ਹਾਂ ਵੀ ਜਦੋਂ ਲੋਕਡਾਊਨ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਲੋਕਾਂ ਨੂੰ ਰਾਸ਼ਨ, ਫਰੀ ਰਾਸ਼ਨ, ਮਾਸਕ, ਹੋਰ ਕਈ ਜ਼ਰੂਰਤਮੰਦ ਚੀਜ਼ਾਂ ਲੋਕਾਂ ਨੂੰ ਦਾਨ ਕਰਦੇ ਪਏ ਆ। ਔਰ ਕਈ ਵਾਰ ਸੁਣਨ 'ਚ ਉਹ ਦੇਖਿਆ ਕਈ ਵਾਰ ਆਖੀ ਕਿ ਇਹ ਆਪ ਕੁੜੀਆਂ ਦੇ ਵਿਆਹ ਦੇ ਵਿੱਚ ਵੀ ਕਾਫੀ ਯੋਗਦਾਨ ਦਿੰਦੇ ਨੇ, ਲੇਕਿਨ ਇਸ ਟਾਈਮ ਜੋ
काम सरकारां नूं करना चाहिए सी। अज कोई भी सरकार, कोई भी MLA, कोई भी MC अगे नहीं आ रहा जो इस बंदे ने करके दिखाया।